ਜਸਬੀਰ ਪੁੱਲਰ ਦੀ ਕਹਾਣੀ ਹੱਥਾਂ 'ਚੋਂ ਤਿਲ ਗਿਆ ਸੂਰਜ ਮੇਰੇ ਦਿਮਾਗ ਦੇ ਜੰਗਲ 'ਚ ਗੁੰਮ ਸ਼ਬਦਾਂ ਨੂੰ ਕਿਸੇ ਬੁੱਧੀ ਵਾਲੇ ਤਾਰੇ ਨੇ ਦਿਸ਼ਾ ਦੇ ਕੇ ਜ਼ਬਾਨ ਤੇ ਸਵਾਰ ਕਰ ਦਿੱਤਾ ਗੱਡੀ ਭਰ ਕੇ ਸਪੈਸ਼ਲ ਤੋਰੀ ਅੰਬਰਸਰ ਸ਼ਹਿਰ ਦੇ ਵਿੱਚੋਂ ਮੇਰੀ ਗੁੰਗਨਾਟ ਨਾਲ ਚਲਦੀ ਗੱਡੀ ਦੀ ਛੁਪ ਛੁਪ ਤਾਲ ਦਿੰਦੀ ਰਹੀ ਅੰਮ੍ਰਿਤਸਰ ਤੋਂ ਭਰ ਕੇ ਤੋਰੀ ਗਈ ਅੱਜ ਦੀ ਗੱਡੀ ਵੀ ਸਪੈਸ਼ਲ ਸੀ ਮਿਲਟਰੀ ਸਪੈਸ਼ਲ ਪਾਕਿਸਤਾਨ ਨਾਲ جنگ ਅਜੇ ਜਾਰੀ ਸੀ ਅਸੀਂ ਲੜਾਈ 'ਚ ਆਉਣ ਵਾਲੇ ਹੋਰ ਜ਼ਖਮੀਆਂ ਲਈ ਮੰਜੇ ਖਾਲੀ ਕਰਕੇ ਦਿੱਲੀ ਦੇ ਮਿਲਟਰੀ ਹਸਪਤਾਲ 'ਚ ਜਾ ਰਹੇ ਸੀ। ਪੂਰੀ ਗੱਡੀ ਮੁਲਕ ਦੇ ਉਹਨਾਂ ਨਰੋਏ ਜਿਸਮਾਂ ਦੀ ਭਰੀ ਹੋਈ ਸੀ ਜੋ ਹੁਣ ਅੰਗਹੀਣ ਤੇ ਅਪਾਜ ਹੋ ਗਏ ਸਨ। ਕਿਸੇ ਦੀਆਂ ਲੜਾਈ 'ਚ ਲੱਤਾਂ ਕੱਟੀਆਂ ਗਈਆਂ, ਕੋਈ ਬਾਹਾਂ ਤੋਂ ਬਨਾਸੀ ਤੇ ਕੋਈ ਕੁਝ ਅਜੇ ਵੀ ਸੰ ਜਿਨ੍ਹਾਂ ਦੇ ਅੰਗਾਂ ਦੇ ਹੋਣ ਜਾਂ ਨਾ ਹੋਣ ਦਾ ਫੈਸਲਾ ਜੰਗ ਨਹੀਂ ਸੀ ਕਰ ਸਕੀ ਹੁਣ ਡਾਕਟਰ ਨੇ ਕਰਨਾ ਸੀ। ਫੌਜੀ ਪਾਸ਼ਾ ਅਨੁਸਾਰ ਸਾਡੀ ਗੱਡੀ ਖੁਸ਼ਕਿਸਮਤਾਂ ਦੀ ਸੀ। ਸਾਰੇ ਲਾਵੇ ਦੇ ਸਮੁੰਦਰ ਚ ਗੋਤਾ ਲਾ ਕੇ ਵੀ ਜਿਉਂਦੇ ਨਿਕਲ ਆਏ ਸਨ ਮੈਂ ਦੋ ਅੱਖਾਂ ਲੈ ਕੇ ਜੰਗ ਚ ਗਿਆ ਸੀ ਤੇ ਇੱਕ ਅੱਖ ਲੈ ਕੇ ਪਰਤ ਆਇਆ ਸੀ ਮੈਂ ਕੁਝ ਵੱਧ ਖੁਸ਼ਕਿਸਮਤ ਸਾਂ ਮੇਰੇ ਬਾਕੀ ਅੰਗ ਸਾਬਤ ਸਨ ਮੈਂ ਫਿਰ ਤੁਰ ਸਕਦਾ ਸਾਂ ਮਿਲਟਰੀ ਸਪੈਸ਼ਲ ਜਲੰਧਰ ਸ਼ਹਿਰ ਦੇ ਸਟੇਸ਼ਨ ਤੇ ਰੁਕੀ ਪਲੇਟਫਾਰਮ ਉੱਤੇ ਜਮਾ ਲੋਕ ਉਤਸ਼ਾਹ ਨਾਲ ਖਾਣ ਪੀਣ ਦਾ ਨਿਕਸ ਉਹ ਫੌਜੀਆਂ ਚ ਵੰਡਣ ਲੱਗ ਪਏ ਧੌਣਾ ਤਾਂ ਸਾਰਿਆਂ ਧੜਾਂ ਉੱਤੇ ਸਾਬਤ ਹੀ ਸਨ ਇੱਕ ਇੱਕ ਹਾਰ ਵੀ ਉਹਨਾਂ ਗਲਾਂ ਚ ਪੈ ਗਿਆ ਸੀਆਲ ਦੇ ਨਿੱਗੇ ਦਿਨ ਦੀ ਪੌਣ ਖੁੱਲੀਆਂ ਖਿੜਕੀਆਂ ਰਹੀ ਸਾਰੀ ਗੱਡੀ 'ਚ ਘੁੰਮ ਗਈ ਪਰ ਉਸ ਕੂਪੇ ਦੀ ਖਿੜਕੀ ਬੰਦ ਸੀ ਬੰਦ ਹੀ ਰਹੀ ਬੰਦ ਖਿੜਕੀ 'ਚ ਹਨੇਰੇ 'ਚ ਲਟਿਆ ਉਹ ਇੱਕੋ ਇੱਕ ਪਾਕਿਸਤਾਨੀ ਜ਼ਖਮੀ ਸੀ ਜਿਹਨੂੰ ਸਾਡੇ ਨਾਲ ਹੀ ਦਿੱਲੀ ਭੇਜਿਆ ਜਾ ਰਿਹਾ ਸੀ ਮੈਂ ਉਸ ਬਾਰੇ ਸੋਚਣ ਲੱਗ ਪਿਆ ਸ਼ਾਇਦ ਹਵਾ ਦੀ ਬੇਲੋੜਗੀ ਕਰਕੇ ਨਹੀਂ ਨਫ਼ਰਤ ਦੀ ਭੜਾਸ ਤੇ ਡਰੋਂ ਉਸ ਖਿੜਕੀ ਬੰਦ ਕੀਤੀ ਹੋਈ ਸੀ ਉਤਸੁਕਤਾ ਜੀ ਜਾਗੀ ਕੇ ਵੇਖਤਾ ਸੀ ਦਾ ਭੁਲੇਖਾ ਜਿਆ ਪੈਣ ਤੇ ਹੀ ਹਥਿਆਰ ਅੱਗ ਬਰਾਉਣੀ ਸ਼ੁਰੂ ਕਰ ਦਿੰਦੇ ਸੀ ਉਹ ਨੇੜਿਓਂ ਕਿੰਨਾ ਕੋ ਖੂਂ ਖਾਰ ਹੈ ਭੀੜ ਕੁਝ ਸਰਕੀ ਤੇ ਮੈਂ ਉਤਰ ਕੇ ਪਲੇਟਫਾਰਮ ਤੇ ਆ ਗਿਆ ਮੰਦ ਖਿੜਕੀ ਦੇ ਸਾਹਮਣੇ ਟ੍ਰੇਨ ਉਸੇ ਕਰਨਲ ਵਿਆਸ ਸੰਤਰੀ ਨੂੰ ਕੁਝ ਹਦਾਇਤਾਂ ਦੇ ਰਿਹਾ ਸੀ ਮੈਂ ਉਸ ਕੋਲੋਂ ਪਾਕਿਸਤਾਨੀ ਜ਼ਖਮੀ ਨੂੰ ਮਿਲਣ ਦੀ ਆਗਿਆ ਚਾਹੀ ਉਸ ਇੱਕ ਵਾਰ ਅੱਖਾਂ ਸਕੋੜੀਆਂ ਤੇ ਫਿਰ ਮੁਸਕਰਾਇਆ ਦੁਸ਼ਮਣ ਨੂੰ ਮਿਲਣ ਦੇ ਚਿਤਚੈ ਯੈਸ ਆਕੇ ਉਹ ਹੱਸਿਆ ਗੋ ਅਹੈਡ ਕੂਪੇ ਦਾ ਹਨੇਰਾ ਕਸਮੈਲਾ ਜਿਆ ਸੀ। ਉਹ ਲੰਮਾ ਪਿਆ ਪਿਆ ਥੱਲੇ ਡਿੱਗਾ। ਕੰਬਲ ਫੜਨ ਦਾ નિਸਫਲ ਜਿਹਾ ਯਤਨ ਕਰ ਰਿਹਾ ਸੀ। ਮੈਨੂੰ ਵੇਖ ਕੇ ਰੁਕ ਗਿਆ। ਉਹਦੀ ਤੱਕਣੀ 'ਚ ਕੋਈ ਵੀ ਭਾਵ ਮੈਥੋਂ ਉਸ ਵੇਲੇ ਨਹੀਂ ਸੀ ਪੜਿਆ ਗਿਆ। ਮੈਂ ਗਾਹ ਹੋ ਕੇ ਕੰਬਲ ਚੁੱਕਿਆ ਤੇ ਉਹਦੇ ਤੇ ਪਾ ਦਿੱਤਾ। ਸ਼ੁਕਰੀਆ। ਉਹਦੀ ਆਵਾਜ਼ ਭਾਰੀ ਤੇ ਨਿੱਗੀ ਸੀ। ਲੱਤ ਦਾ ਜ਼ਖਮ ਬਹੁਤ ਗਹਿਰਾ ਹੈ। ਲੱਤ 'ਤੇ ਜ਼ੋਰ ਪੈ ਜਾਏ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ। ਉੱਠਿਆ ਵੀ ਤੇ ਨਹੀਂ ਜਾਂਦਾ। ਜੇ ਤੁਸੀਂ ਨਾ ਆਉਂਦੇ ਤਾਂ ਮੈਂ ਠੰਡ ਚ ਹੀ ਪਿਆ ਰਹਿਣਾ ਸੀ ਮੈਨੂੰ ਕੁਝ ਅਜੀਬ ਜਿਹਾ ਲੱਗਾ ਇਹ ਤਾਂ ਮੇਰੇ ਵਰਗਾ ਹੀ ਬੰਦਾ ਹੈ ਮੇਰੇ ਵਾਂਗ ਹੀ ਬੋਲਦਾ ਹੈ ਮੈਨੂੰ ਮੇਜਰ ਗਿਲ ਕਹਿੰਦੇ ਨੇ ਦਲੀਪ ਗਿਲ ਮੇਰਾ ਨਾਮ ਮੇਜਰ ਅਸलम ਹੈ ਉਸ ਦੱਸਿਆ ਨਾ ਮੈਂ ਹੀ ਮਿਲਣ ਲਈ ਹੱਥ ਅੱਗੇ ਕੀਤਾ ਨਾ ਉਸ ਕੁਝ ਚਾਹੀਦਾ ਹੋਵੇ ਤਾਂ ਉਹਦੇ ਲਾਗੇ ਥੋੜੀ ਜਿਹੀ ਖਾਲੀ ਥਾਂ ਤੇ ਬੈਠਦਿਆਂ ਮੈਂ ਪੁੱਛਿਆ ਉਹਦੇ ਬੋਲ ਚ ਸੰਕੋਚ ਸੀ ਮੈਨੂੰ ਪਤਾ ਇਹ ਕੰਮ ਤੁਹਾਡੇ ਕਰਨ ਵਾਲਾ ਨਹੀਂ ਜੇ ਸਿਗਰਟ ਮੰਗਵਾ ਕੇ ਦੇ ਸਕੋ ਤਾਂ ਸਿਗਰਟ ਬਿਨਾ ਮੈਂ ਸੰਤਰੀ ਨੂੰ ਪੈਸੇ ਦਿੱਤੇ ਉਹ ਸਿਗਰਟ ਤੇ ਮਾਚਸ ਲਿਆ ਕੇ ਮੇਜਰ ਅਸਲਮ ਨੂੰ ਦੇ ਦਿੱਤੀ ਉਹ ਸਿਗਰਟ ਬੁੱਲਾਂ ਚ ਦੱਬੀ ਤੇ ਫਿਰ ਬਾਹਰ ਖਿੱਚ ਲਈ ਸੌਰੀ ਆਮ ਸੌਰੀ ਮੈਂ ਮੁਸਕਰਾਇਆ ਤੁਹਾਡੇ ਸਿਗਰਟ ਪੀਣ ਨਾਲ ਮੈਨੂੰ ਕੁਝ ਨਹੀਂ ਹੁੰਦਾ ਤੁਸੀਂ ਪੀਓ ਉਹ ਸਿਗਰਟ ਸੁਲਗਾ ਲਈ ਕੁਝ ਖਾਣ ਲਈ ਮੰਗਵਾਵਾਂ ਨਹੀਂ ਸ਼ੁਕਰੀਆ ਲੰਮੇ ਪਿਆ ਪਿਆ ਤਾਂ ਭੁੱਖ ਵੀ ਮਰ ਗਈ ਹੈ ਗੱਡੀ ਤੁਰ ਪਈ ਪਲੇਟਫਾਰਮ ਜੱਜਵੰਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਮੈਂ ਖਿੜਕੀ ਦਾ ਬਲਾਈਂਡ ਉੱਪਰ ਕਰਕੇ ਸ਼ੀਸ਼ਾ ਹੇਠਾਂ ਦੇਖ ਦਿੱਤਾ ਕੂਪੇ 'ਚ ਚਾਨਣ ਹੋ ਗਿਆ ਸਾਡੇ ਲੋਕ ਬੜੇ ਪਿਆਰੇ ਨੇ ਸ਼ਾਇਦ ਅਜੀਬ ਸ਼ਬਦ ਠੀਕ ਹੈ ਮੈਂ ਆਪਣੀ ਥਾਂ ਤੇ ਮੁੜ ਬੈਠਦੇ ਆਂ ਆਖਿਆ ਅਸੀਂ ਬੰਦੇ ਮਾਰਦੇ ਆਂ ਤੇ ਇਹ ਗੱਲ ਇਹ ਸਾਡੇ ਗਲ ਰੱਸਿਆਂ ਦੀ ਥਾਂ ਹਾਰ ਪਾਉਂਦੇ ਨੇ ਹੈਨਾ ਜੀਪ ਲੋਕ ਸਾਡੇ ਵੀ ਇਹੋ ਜਿਹੇ ਹੀ ਨੇ ਪਰ ਰੱਸੇ ਫੌਜੀਆਂ ਦੇ ਗਲੀਆਂ ਕਿਉਂ ਪੈਣ ਰਸੇ ਤਾਂ ਗੱਲਾਂ ਕਰਦੇ ਆ ਕਰਦੇ ਉਸ ਜ਼ਬਾਨ ਦੱਬ ਲਈ ਸਾਡੀਆਂ ਨਜ਼ਰਾਂ ਮਿਲੀਆਂ ਗੱਲ ਸ਼ਾਇਦ ਰਾਜਨੀਤੀ ਵੱਲ ਆਉਂਦੀ ਸੀ ਰਾਜਨੀਤੀ ਦੀ ਗੱਲ ਸਾਡੇ ਦੋਵਾਂ ਲਈ ਸੁਖਾਵੀ ਨਹੀਂ ਸੀ ਹੋਣੀ ਇਸ ਬਾਰੇ ਚੁੱਪ ਰਹਿਣ ਦਾ ਸੀ ਮੂਕ ਫੈਸਲਾ ਕਰ ਲਿਆ ਲੋਹੇ ਦੀ ਚਾਦਰ ਬਣ ਕੇ ਤਣੀ ਚੁੱਪ ਅਕਾਵੀ ਹੋ ਗਈ ਵਿਆਹ ਹੋ ਗਿਆ ਮੈਂ ਚੁੱਪ ਦੀ ਚਾਦਰ ਚ ਮੋਰੀ ਕਰਨ ਖਾਤਰ ਪੁੱਛਿਆ ਹਾਂ ਹੂੰ ਹੂੰ ਪਰ ਮੈਥੋਂ ਗਲਤੀ ਹੋ ਗਈ ਉਸੇਲਾ ਜਹਾਸਾ ਹਸਿਆ ਜਿਸ ਫੌਜੀ ਨੂੰ ਹਰ ਚੌਥੇ ਪੰਜਵੇਂ ਵਾਰੇ ਲੜਾਈ ਲੜਨੀ ਪਵੇ ਉਹਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ ਪਰ ਫੌਜੀ ਦੀ ਵਾਪਸੀ ਉਹ ਦੇਖਣ ਵਾਲਾ ਕੋਈ ਤਾਂ ਪਿੱਛੇ ਚਾਹੀਦਾ ਹਾਂ ਕੋਈ ਤਾਂ ਚਾਹੀਦਾ ਅੱਬਾ ਤੇ ਅੰਮੀ ਦੋ ਜੀ ਸੂਲੀ ਤੇ ਟੰਗੇ ਬਹੁਤ ਸਨ ਸਲਮਾ ਨੂੰ ਸਜ਼ਾ ਦੇਣ ਦੀ ਕੀ ਲੋੜ ਸੀ ਖੈਰ ਸਜ਼ਾ ਤਾਂ ਹਰ ਫੌਜੀ ਦੀ ਬੀਵੀ ਨੂੰ ਭੁਗਤਣੀ ਪੈਂਦੀ ਹੈ ਸਲਮਾ ਵੀ ਸਹੀ ਮੇਜਰ ਅਸलम ਨੇ ਮੇਰੇ ਨਾਲ ਗੱਲ ਕਰਨ ਦੀ ਥਾਂ ਬਿਨੇ ਆਪ ਨਾਲ ਗੱਲ ਕੀਤੀ ਤੇ ਨਿੰਮੋ ਚੁਣਾ ਜਾ ਹੋ ਗਿਆ ਅਗਲੇ ਛਿਣੋਂ ਫਿਰ ਤੜਕਿਆ ਤੁਹਾਨੂੰ ਸਲਮਾ ਦੀ ਤਸਵੀਰ ਵਖਾਵਾ ਸਾਰੇ ਫੌਜੀ ਇੱਕੋ ਜਿਹੇ ਹੁੰਦੇ ਨੇ ਵਰਦੀ ਪਾਵੇਂ ਉਹਨਾਂ ਕਿਸੇ ਵੀ ਮੁਲਕ ਦੀ ਪਾਈ ਹੋਵੇ ਛਿੰਦੀ ਆਪਣੀ ਦੀ ਤਸਵੀਰ ਦਾ ਨਿੱਗ ਮੇਰੀ ਜੇਬ 'ਚ ਵੀ ਸੀ ਮੇਜਰ ਅਸलम ਨੇ ਮੇਰਾ ਉੱਤਰ ਉਡੀਕੇ ਬਿਨਾ ਕਮੀਜ਼ ਦੀ ਖੱਬੀ ਜੇਰ ਦਾ ਬਟਨ ਖੋਲ ਕੇ ਤਸਵੀਰ ਕੱਢੀ ਮੇਰੇ ਵੱਲ ਕਰ ਦਿੱਤੀ ਕੁੜੀ ਬੱਦਲਾਂ 'ਚੋਂ ਨਿਕਲਦੇ ਚੰਦ ਵਰਗੀ ਸੀ ਮੈਂ ਮੁਸਕਰਾਇਆ ਅਸलम ਮੈਨੂੰ ਤਸਵੀਰ ਵੇਖੇ ਤੋਂ ਬਿਨਾ ਵੀ ਪਤਾ ਸੀ ਕਿ ਤੁਹਾਡੀ ਸਲਮਾ ਬੜੀ ਸੋਹਣੀ ਹੈ ਮੁਸਲਮਾਨਣੀਆਂ ਸੋਹਣੀਆਂ ਹੁੰਦੀਆਂ ਨੇ ਉਹ ਹੱਸਿਆ ਕੁੜੀਆਂ ਸਾਰੀਆਂ ਸੋਹਣੀਆਂ ਹੁੰਦੀਆਂ ਨੇ ਉਹਨਾਂ ਦੇ ਸਲਮਾ ਰਜਿੰਦਰ ਕੌਰ ਜਾਂ 우ਸ਼ਾ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਬੜਾ ਪਿਆਰਾ ਬੰਦਾ ਸੀ ਜਿਉਂ-ਜਿਉਂ ਗੱਲ ਅੱਗੇ ਤੁਰਦੀ ਸੀ ਹੋਰ ਸੋਹਣਾ ਹੋਈ ਜਾਂਦਾ ਸੀ ਮੈਂ ਵੀ ਹੱਸਿਆ ਇਹ ਕਿਦਾਂ ਹੋ ਸਕਦਾ ਮੈਂ ਠੀਕ ਆਖਦਾ ਵਾਂ ਹਰ ਸਧਾਰਨ ਕੁੜੀ ਚ ਵੀ ਕੋਈ ਨਾ ਕੋਈ ਗੱਲ ਇਹੋ ਜੀ ਹੁੰਦੀ ਹੈ ਜਿਹੜੀ ਉਹਨੂੰ ਸੋਹਣਾ ਬਣਾ ਸਕਦੀ ਹੈ ਇਹ ਗੱਲ ਵੱਖਰੀ ਹੈ ਕਿ ਬਹੁਤੀਆਂ ਕੁੜੀਆਂ ਨੂੰ ساری ਉਮਰ ਉਸ ਗਿੱਦੜ ਸਿੰਗੀ ਦਾ ਹੀ ਪਤਾ ਨਹੀਂ ਲੱਗਦਾ ਤੇ ਆਖਰ ਤੱਕ ਉਹ ਕ ਸੋਹਣੀਆਂ ਹੀ ਬਣੀਆਂ ਰਹਿੰਦੀਆਂ ਨੇ ਪਹਿਲੇ ਵਾਲਾ ਉਪਰਾਪਣ ਤੇ ਉਪਚਾਰਿਕਤਾ ਉਹਨੂੰ ਵੀ ਭੁੱਲ ਗਈ ਤੇ ਯਾਦ ਮੈਨੂੰ ਵੀ ਨਾ ਆਈ ਪਤਾ ਨਹੀਂ ਕਿਹੜੇ ਪਲ ਅਸੀਂ ਦੋਵੇਂ ਤੁਸੀਂ ਤੋਂ ਤੂੰ ਹੋ ਕੇ ਪੁਰਾਣੇ ਬੇਲੀਆਂ ਵਾਂਗ ਗੱਲਾਂ ਜੁਟੇ ਰਹੇ ਸਾਡੀ ਬੇਧਿਆਨਗੀ ਵਿੱਚ ਗੱਡੀ ਕੁਝ ਦੇਰ ਰੁਕੀ ਤੇ ਫਿਰ ਚੱਲ ਪਈ ਤੇਰੀ ਸ਼ਾਦੀ ਹੋ ਗਈ ਅਸਲਮ ਨੇ ਪੁੱਛਿਆ ਨਹੀਂ ਮੰਗਣੀ ਹੋਈ ਏ ਪਰ ਹੁਣ ਤਾਂ ਸ਼ਾਇਦ ਹੀ ਗੱਲ ਸਿਰੇ ਲੱਗੇ ਮੇਰਾ ਹੱਥ ਅੱਖ ਤੇ ਬੱਜੀ ਪੱਟੀ ਤੇ ਚਲਾ ਗਿਆ ਸਿੱਧਾ ਬੈਠਿਆਂ ਬੈਠਿਆਂ ਡੋਲ ਪੈਣ ਲੱਗ ਪਈ ਸੀ ਅਸਲਮ ਨੇ ਮੇਰੇ ਜਾਗਣ ਲੱਗੇ ਦਰਦ ਨੂੰ ਬੜੀ ਸਮਝਦਾਰੀ ਨਾਲ ਥਾਪੜ ਦਿੱਤਾ ਦਲੀਪ ਤੇਰਾ ਪਿੰਡ ਕਿਹੜਾ ਭਲਾ ਖዋਸਪੁਰ ਤਰਨਤਾਰਨ ਤੋਂ ਗੋਂਦਵਾਲ ਨੂੰ ਜਾਈਏ ਤਾਂ ਖዋਸਪੁਰ ਦਾ ਤਾਂ ਮੈਨੂੰ ਪਤਾ ਏ ਤੈਨੂੰ ਕਿਵੇਂ ਪਤਾ ਮੈਂ ਹੈਰਾਨ ਹੋ ਗਿਆ ਮੇਰਾ ਪਿੰਡ ਵੀ ਤਾਂ ਤੇਰੇ ਪਿੰਡ ਦੇ ਨਾਲ ਹੀ ਹੈ ਉਹਦੀ ਨਿੱਗੀ ਆਵਾਜ਼ ਤਰਲ ਹੋ ਗਈ ਜੱਪੀ ਆਪਣੀਆਂ ਜੜ੍ਹਾਂ ਮੈਂ ਪਰਵਾਲੀ ਚ ਤਾਂ ਪੁੱਟੀਆਂ ਨੇ ਮੇਰੇ ਹੈਰਾਨ ਹੋਣ ਤੋਂ ਪਿੱਛੇ ਉਹਦੀ ਵਾਰੀ ਹੈਰਾਨੀ ਨਾਲ ਅੱਖਾਂ ਚੌੜੀਆਂ ਕਰਨ ਦੀ ਸੀ ਮੈਂ ਅਸलम ਨੂੰ ਦੱਸਿਆ ਮੈਂ ਨਿੱਕਾ ਹੁੰਦਾ ਆਪਣੇ ਬਾਪੂ ਜੀ ਨਾਲ ਪਰਵਾਲ ਜਾਂਦਾ ਹੁੰਦਾ ਸੀ ਉੱਥੇ ਉਹਨਾਂ ਦਾ ਪੱਗਵਟ ਭਰਾ ਰਹਿੰਦਾ ਸੀ ਉਹ ਵੀ ਮੁਸਲਮਾਨ ਸੀ ਕੀ ਨਾਂ ਸੀ ਉਹਨਾਂ ਦਾ ਫਕੀਰ ਹੁਸੈਨ ਕੀ ਇਹ ਤਾਂ ਮੇਰੇ ਅੱਬਾ ਦਾ ਨਾਂ ਹੈ ਉੱਛਲਿਆ ਉਹਦੀਆਂ ਅੱਖਾਂ ਦੇ ਪਾਣੀ 'ਚ ਮੇਰਾ ਤੇ ਅਤੀਤ ਦਾ ਅਕਸ ਹੀ ਇਕੱਠਾ ਅਕਸ ਇਕੱਠਾ ਚਮਕਿਆ ਉਹ ਪੀਲਾ ਦੋ ਮੰਜ਼ਲਾ ਮਕਾਨ ਸਾਹਮਣੇ ਖੁੱਲਾ ਧਰੇਕਾਂ ਵਾਲਾ ਵਿਹੜਾ ਬਰਾਂਡੇ ਵਿੱਚ ਕਾਨਿਆਂ ਦੇ ਮੂੜੇ ਤੇ ਤੂੰ ਤੂੰ ਪਿੱਡਾ ਹੈ ਮੇਰਾ ਵੀ ਆਪਣੇ ਬਚਪਨ ਦੇ ਸਾਥੀ ਨੂੰ ਮਿਲ ਕੇ ਗੱਟ ਪਾ ਰਾਇਆ ਤੂੰ ਤੂੰ ਮੇਰੇ ਤੇ ਹੀ ਗੋਲੀ ਕਿਵੇਂ ਚਲਾਤੀ ਮੈਂ ਆਖਦਾ ਆਖਦਾ ਰੁਕ ਗਿਆ ਇਹ ਹੀ ਸਵਾਲ ਉਹ ਮੈਨੂੰ ਵੀ ਤਾਂ ਪੁੱਛ ਸਕਦਾ ਸੀ ਅਸਲਮ ਨੇ ਜਵਾਬ ਦੇਣ ਦੀ ਥਾਂ ਮੇਰਾ ਹੱਥ ਆਪਣੇ ਦੋਹਾਂ ਚ ਕੋ ਦੋਹਾਂ ਹੱਥਾਂ ਚ ਘੁੱਟ ਲਿਆ। ਭਾਵਨਾ ਦੇ ਛਖੜ ਚ ਜੋ ਖਿਆਲ ਸ਼ਬਦ ਨਹੀਂ ਬਣੇ ਮੈਂ ਉਹਨਾਂ ਨੂੰ ਅਸਲਮ ਦੀਆਂ ਅੱਖਾਂ ਦੇ ਪਾਣੀ ਚ ਵੇਖ ਲਿਆ। ਖਿੜਕੀ ਦੇ ਬਾਹਰ ਰੁੱਖ ਪਿੱਛੇੋਂ ਦੌੜ ਰਹੇ ਸਨ। ਅਸੀਂ ਗੱਡੀ ਚ ਗਾਂ ਨੂੰ ਜਾਂਦੇ ਹੋਏ ਵੀ ਉਹਨਾਂ ਰੁੱਖਾਂ ਨਾਲ ਪਛਾਣ ਤੁਰ ਗਏ ਸਾਂ। ਬਹੁਤ ਪਿੱਛਾਂ ਸੁਲਗਦੇ ਅਸਲਮ ਨੇ ਇੱਕ ਹੋਰ ਸਿਗਰਟ ਸੁਲਗਾ ਲਈ। ਮੇਰੇ ਅੱਬਾ ਪੈਰਵਾਲ ਨੂੰ ਆਪਣੇ ਹੱਥ ਹਿੱਕ ਚ ਲੁਕਾ ਕੇ ਲੋਹਾਰ ਲੈ ਗਏ ਨੇ। ਸਾਡੇ ਲੋਹਾਰ ਵਾਲੇ ਘਰ ਦਾ ਨਾਂ ਉਹਨਾਂ ਪਰੋਵਾਲ ਰੱਖਿਆ। ਤੂੰ ਹੀ ਦੱਸ ਦੇ ਲੀਪ ਜਿਸ ਬੰਦੇ ਦੇ ਅੰਦਰ ਗੁੰਮ ਹੋ ਚੁੱਕਿਆ ਪਿੰਡ ਵਸਤਾ ਹੋਵੇ ਉਹ ਪਤਾਸੇ ਵਾਂਗ ਨਾ ਖੁਰੂ ਤੇ ਹੋਰ ਕੀ ਹੋਊ। ਉਹਨਾਂ ਦੀ ਸਿਹਤ ਬਹੁਤ ਗਿਰ ਗਈ ਐ। ਬਾਪੂ ਜੀ ਵੀ ਬਹੁਤ ਬੁੱਢੇ ਹੋ ਗਏ ਨੇ। ਅਸਲਮ ਦੇ ਪੁੱਛਣ ਤੇ ਮੈਂ ਦੱਸਿਆ ਪਰ ਚਾਚਾ ਜੀ ਦੀਆਂ ਗੱਲਾਂ ਅਜੇ ਵੀ ਅੱਜ ਵਾਪਰੀਆਂ ਵਾਂਗ ਕਰਦੇ ਨੇ ਤੇ ਅਸੀਂ ਹੁਣੇ ਵਾਪਰੀਆਂ ਵਾਂਗ ਸੁਣਦੇ ਆਂ। ਸਾਰੀਆਂ ਗੱਲਾਂ ਅਸਲਮ ਸਕੂਲੇ ਇਕੱਠਿਆਂ ਪੜਨ ਤੋਂ ਲੈ ਕੇ ਵਿਛੜਨ ਵੇਲੇ ਤੱਕ ਜਦੋਂ ਇੱਕ ਦੂਜੇ ਦੇ ਗਲ ਲਾ ਕੇ ਆਖਰੀ ਵਾਰ ਰੋਏ ਸੀ ਜੇ ਤੂੰ ਉਹਨਾਂ ਨਾਲ ਮੈਨੂੰ ਮਿਲਾ ਸਕੇ ਬਾਪੂ ਜੀ ਨੂੰ ਜਦੋਂ ਵੀ ਤੇਰੇ ਬਾਰੇ ਪਤਾ ਲੱਗਾ ਉਹ ਮੈਨੂੰ ਮਿਲਣ ਤੋਂ ਪਹਿਲਾਂ ਤੈਨੂੰ ਮਿਲਣਗੇ ਅਗਲੇ ਛੇਣੀ ਮੇਰੀ ਆਵਾਜ਼ ਛੱਕੀ ਹੋ ਗਈ ਤੇ ਵਿਸ਼ਵਾਸ ਨੇ ਪਹੁੰਚੂਣਾ ਪਰ ਅਸਲਮ ਪਤਾ ਨਹੀਂ ਉਹਨਾਂ ਨੂੰ ਕੋਈ ਮਿਲਣ ਵੀ ਦੇਵੇ ਕਿ ਨਾ ਕੋਪੇ ਦੀ ਹਵਾ ਉਦਾਸ ਹੋ ਗਈ ਸਾਡਾ ਬਾਗ ਕਿਵੇਂ ਹੈ ਬਾਗ ਦੇ ਕਈ ਬੂਟੇ ਮੈਂ ਆਪਣੇ ਹੱਥਾਂ ਨਾਲ ਲਾਏ ਸਨ ਅਸਲਮ ਨੇ ਮੇਰੇ ਚਿਹਰੇ ਤੇ ਅੱਖਾਂ ਪਾਸੇ ਹਟਾ ਕੇ ਪੁੱਛਿਆ ਬਾਗ ਦੇ ਪੁਰਾਣੇ ਰੁੱਖ ਨਵੇਂ ਮਾਲਕ ਨੇ ਕੱਟ ਦਿੱਤੇ ਨੇ ਉੰਜ ਕਈ ਪੁਰਾਣੇ ਮੋੜ ਅਜੇ ਵੀ ਉੱਥੇ ਹੀ ਨੇ ਹਾਂ ਮੋੜ ਤਾਂ ਕਿੱਧਰ ਜਾਣੇ ਸੀ ਅਸਲਮ ਹੋਰ ਉਦਾਸ ਹੋ ਗਿਆ ਗੱਡੀ ਹੌਲੀ ਹੋ ਗਈ ਸ਼ਾਇਦ ਕੋਈ ਸਟੇਸ਼ਨ ਆ ਰਿਹਾ ਸੀ ਦਲੀਪ ਹਾਂ ਤੂੰ ਅੱਬਾ ਨੂੰ ਮੇਰੀ ਰਾਜੀ ਖੁਸ਼ੀ ਦਾ ਖੱਤ ਪਾ ਦੇ ਸਲਮਾਨ ਨੂੰ ਵੀ ਲਿਖ ਦੇ ਕਿ ਫਿਕਰ ਨਾ ਕਰੇ ਮੇਰੇ ਤੇ ਤਾਂ ਸ਼ਾਇਦ ਖੱਤ ਲਿਖਣ ਦੀਆਂ ਪਾਬੰਦੀਆਂ ਆਏ ਹੋਣਗੀਆਂ ਮੈਂ ਉਹਦਾ ਦੱਸਿਆ ਸਰਨਾਵਾ ਲਿਖ ਲਿਆ ਅਸलम ਮੈਨੂੰ ਸ਼ਾਇਦ ਤੇਰੇ ਨਾਲੋਂ ਪਹਿਲਾਂ ਹਸਪਤਾਲੋਂ ਛੁੱਟੀ ਮਿਲ ਜਾਏ ਪਰ ਤੂੰ ਕਿਸੇ ਤਰ੍ਹਾਂ ਦਾ ਫਿਕਰ ਨਾ ਕਰੀ ਮਿਲਟਰੀ ਹਸਪਤਾਲ ਦੇ ਇੱਕ ਦੋ ਸੀਨੀਅਰ ਅਫਸਰ ਮੇਰੇ ਚੰਗੇ ਵਾਕਫ ਨੇ ਮੈਂ ਉਹਨਾਂ ਨੂੰ ਦੱਸਾਂਗਾ ਕਿ ਅਸलम ਮੇਰੇ ਚਾਚਾ ਜੀ ਦਾ ਲੜਕਾ ਹੈ ਉਹ ਤੇਰਾ ਪੂਰਾ ਖਿਆਲ ਰੱਖਣਗੇ ਬੈਠਿਆ ਬੈਠਿਆ ਮੇਰੀ ਅੱਖ ਦੀ ਪੀੜ ਬਹੁਤ ਵਧ ਗਈ ਸੀ ਸ਼ਾਇਦ ਲੰਮੇ ਪਿਆ ਕੋ ਜਰਾ ਆਮ ਆਵੇ ਮੇਰਾ ਦਵਾਈ ਖਾਣ ਦਾ ਵੇਲਾ ਵੀ ਹੋ ਗਿਆ ਸੀ ਮੈਂ ਜਾਣ ਲਈ ਉੱਠ ਖਲੋਤਾ ਚੰਗਾ ਕੁਛ ਦਰਦ ਘੱਟੀ ਤੇ ਮੈਂ ਆਵਾਂਗਾ ਨਾ ਘੱਟੀ ਤਾਂ ਵੀ ਆਵਾਂਗਾ ਸ਼ਾਮ ਦੀ ਚਾ ਇਕੱਠੇ ਪੀਾਂਗੇ ਗੱਡੀ ਖਲੋ ਗਈ ਮੈਂ ਤੁਰਨ ਲੱਗਿਆ ਆਪਣਾ ਹੱਥ ਅੱਗੇ ਵਧਾਇਆ ਉਸ ਮੇਰਾ ਹੱਥ ਬੁੱਲਾ ਨੂੰ ਲਾ ਲਿਆ ਸਟੇਸ਼ਨ ਪਤਾ ਨਹੀਂ ਕਿਹੜਾ ਸੀ ਮੈਂ ਉਤਰ ਕੇ ਆਪਣੇ ਡੱਬੇ 'ਚ ਆ ਗਿਆ ਕਿੰਨੀਆਂ ਸਾਰੀਆਂ ਧੌਣਾ ਮੇਰੇ ਵੱਲ ਨੂੰ ਲੰਮੀਆਂ ਹੋ ਗਈਆਂ ਬੋਲ ਗੜਿਆਂ ਵਾਂਗ ਡਿੱਗੇ ਕਿ ਹੋਜਿਆ ਕੀ ਹੋਇਆ ਕਿਹੋ ਜੀਆਂ ਗੱਲਾਂ ਕਰਦਾ ਆਮ ਬੰਦਿਆਂ ਵਾਂਗ ਹੀ ਦਿਸਦਾ ਹੈ ਆਖੇ ਚਤਰਾਰ ਪੈਨ ਨਾਲ ਮੈਂ ਕਸੀਸ ਵੱਟੀ ਤੇ ਆਪਣੀ ਥਾਂ ਤੇ ਲੰਮੇ ਪੈਂਦੇ ਆ ਆਖਿਆ ਉਹ ਕੱਟਦਾ ਬਿਲਕੁਲ ਨਹੀਂ ਅਸਲੋਂ ਨਹੀਂ ਧੰਨਵਾਦ